ਨਮਸਕਾਰ ਖਬਰਾਂ ਦੇ ਇਸ ਬਲੈਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਪਹਿਲਾ ਪੇਸ਼ ਨੇ ਚੋਣਾਂ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਦੇਸ਼ ਵਿੱਚ ਸਟਾਰਟਅਪ ਦਾ 골ਡਨ ਸਮਾਂ ਹੁਣ ਸ਼ੁਰੂ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰ ਐਲਾਨੇ ਚਾਰ ਮੌਜੂਦਾ ਵਿਧਾਨਕਾਰਾਂ ਤੋਂ ਇਲਾਵਾ ਬਾਕੀ ਸਾਰੇ ਵਿਧਾਨਕਾਰਾਂ ਨੂੰ ਮਿਲੀ ਟਿਕਟ ਸਿਆਣਾ ਦਿਵਸ ਮੌਕੇ ਦੇਸ਼ ਭਾਰਤ ਦੇ ਸ਼ਹੀਦਾਂ ਨੂੰ ਦਿੱਤੀ ਗਈ ਨਿੱਗੀ ਸ਼ਰਧਾਂਜਲੀ ਤੇ ਪੰਜਾਬ ਵਿੱਚ ਕੜਾਕੇ ਦੀ ਸੀਤ ਲਹਿਰ ਅਤੇ ਧੁੰਦ ਪੈਣ ਦਾ سلسلہ جاری ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਟਾਰਟਅਪ ਦਾ 골ਡਨ ਸਮਾਂ ਹੁਣ ਸ਼ੁਰੂ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਨਵਾਂ ਸਾਲ ਦੇਸ਼ ਵਿੱਚ ਸਟਾਰਟਅਪ ਸੰਕਰਾਂ ਲਈ ਕਈ ਸੰਭਾਵਨਾਵਾਂ ਲੈ ਕੇ ਆਇਆ ਹੈ ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਸਟਾਰਟਅਪ ਸਨਤਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਹਰਵਾਰ 16 ਜਨਵਰੀ ਨੂੰ ਸਟਾਰਟਅਪ ਦੇ ਸੋਜੋ ਮਨਾਉਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰੇਗੰਡ ਮਨਾ ਰਹੇ ਹਨ ਤੇ ਜਦੋਂ ਆਜ਼ਾਦੀ ਦੇ 100 ਵਰੇ ਪੂਰੇ ਹੋ ਜਾਣਗੇ ਤਾਂ ਦੇਸ਼ ਦੀ ਤਰੱਕੀ ਵਿੱਚ ਸਟਾਰਟਅਪ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ ਦੇਸ਼ ਦੀ ਤਰੱਕੀ ਵਿੱਚ ਸਟਾਰਟਅਪ ਦੀ ਅਹਿਮੀਅਤ ਤੇ ਚਰਣਾ ਪਾਉਂਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਟਾਰਟਅਪ ਸਾਰੀ ਤਸਵੀਰ ਬਦਲ ਰਹੇ ਨੇ ਤੇ ਇਹ ਦੇਸ਼ ਦੀ ਰੀੜ ਬਣਦੇ ਜਾ ਰਹੇ ਨੇ ਪ੍ਰਧਾਨ सनत स्टार्टअप इको सिस्टम मजबूत बनाने लिखा प्रभावशाली कदम चुक रही स्टार्टअप का ये कल्चर देश के दूर दराज तक पहुंचे इसके लिए 16 जनवरी को अब नेशनल स्टार्टअप डे के रूप में मनाने का फैसला भी किया गया है साथियों स्टार्टअप इंडिया इनोवेशन वीक बीते साल की सफलताओं को सेलिब्रेट करने का भी है और भविष्य की रणनीति पर चर्चा करने का भी है इस दशक को भारत का टैकेट कहा जाता है इस दशक में इनोवेशन एंटरप्रेन्योरशिप और स्टार्टअप इकोसिस्टम को मजबूत करने के लिए सरकार जो बड़े पैमाने पर बदलाव कर रही है इस ऑनलाइन सेशन में खेतीबाड़ी सेहत पुलाड़ सनत सुरक्षा फिटनेस और वातावरण श्रेणी वाखवा क्षेत्रों के स्टार्टअप ने نمایندियां ने भाग लिया ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਲਈ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ। ਅੱਜ ਆਪਣੇ ਕਈ ਟਵੀਟਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਸਿੱਖਣ ਦਾ ਇੱਕ ਸ਼ਾਨਦਾਰ ਤਜਰਬਾ ਹੈ ਅਤੇ ਇਹ ਗਤੀਸ਼ੀਲ ਨੌਜਵਾਨਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਤੇ ਉਮੀਦਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਹਿੱਸਾ ਲੈਣ ਵਾਲਿਆਂ ਨੂੰ ਤਣਾਅ ਮੁਕਤ ਪ੍ਰੀਖਿਆ ਤੇ ਚਰਚਾ ਕਰਨ ਅਤੇ ਬਹਾਦਰ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਟੀਚਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਭਾਰਤੀ ਚੋਣ ਕਮਿਸ਼ਨ ਨੇ ਅਸੈਂਬਲੀ ਚੋਣਾਂ ਵਾਲੇ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਚੋਣ ਰੈਲੀਆਂ ਤੇ ਰੋਡ ਸ਼ੋਅ ਤੇ ਲਗਾਈ ਪਾਬੰਦੀ ਨੂੰ 22 ਜਨਵਰੀ ਤੱਕ ਵਧਾ ਦਿੱਤਾ ਹੈ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਗੱਲਬਾਤ ਮਗਰੋਂ ਅੱਜ ਇਸ ਦਾ ਐਲਾਨ ਕੀਤਾ ਗਿਆ ਚੋਣ ਕਮਿਸ਼ਨ ਨੇ ਬੀਤੇ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਨ ਸਮੇਂ 15 ਜਨਵਰੀ ਤੱਕ ਚੋਣ ਰੈਲੀਆਂ ਤੇ ਰੋਡ ਸ਼ੋਅ ਤੇ ਰੋਕ ਲਗਾਈ ਸੀ ਕਮਿਸ਼ਨ ਨੇ ਪਾਰਟੀਆਂ ਨੂੰ ਇੰਡੋਰ ਮੀਟਿੰਗਾਂ ਵਿੱਚ 300 ਲੋਕਾਂ ਜਾਂ ਹਾਲ ਦੀ ਸਮਰੱਥਾ ਦੇ 50% ਲੋਕਾਂ ਨੂੰ ਸ਼ਾਮਲ ਕੀਤੇ ਜਾਣ ਦੀ ਛੋੜ ਦਿੱਤੀ ਹੈ ਕਮਿਸ਼ਨ ਨੇ ਪਾਰਟੀਆਂ ਨੂੰ ਕੋਰੋਨਾ ਹਦਾਇਤਾਂ ਦਾ ਸੂਬਿਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿਹਾ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰੇ ਨਿਯਮਾਂ ਤੇ ਹੁਕਮਾਂ ਦੀ ਪਾਲਣਾ ਹੋ ਰਹੀਏ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਵਿੱਚੋਂ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਪਾਰਟੀ ਜਨਰਲ ਸਕੱਤਰ ਮੋਕਲ ਵਾਸਨੀ ਕੋਲੋਂ ਅੱਜ ਜਾਰੀ ਇਸ ਲਿਸਟ ਮੁਤਾਬਕ ਮੁੱਖ ਮੰਤਰੀ ਚਰਨਜੀਤ ਚੰਨੀ ਚਮਕੌਰ ਸਾਹਿਬ ਤੋਂ ਰਿਜ਼ਰਵ ਅਸੈਂਬਲੀ ਹਲਕੇ ਤੋਂ ਚੋਣ ਲੜਨਗੇ ਜਦਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਸ਼ਹਿਰ ਦੇ ਚਾਰਾਂ ਅਸੈਂਬਲੀ ਹਲਕਿਆਂ ਤੋਂ ਮੌਜੂਦਾ ਵਿਧਾਨਕਾਰਾਂ ਨੂੰ ਹੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਦੱਖਣੀ ਜਾਂ ਆਦਮਪੁਰ ਹਲਕੇ ਤੋਂ ਟਿਕਟ ਮਿਲਣ ਦੀ ਚਰਚਾ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਬ੍ਰੋ ਦੇ ਬਾਵਜੂਦ ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਕੈਬਨਟ ਮੰਤਰੀ ਬ੍ਰਹਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਅਤੇ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਦੇ ਨਾਂ ਵੀ ਇਸ ਲਿਸਟ ਵਿੱਚ ਸ਼ਾਮਲ ਨੇ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਰਵਿੰਦਰ ਸਿੰਘ ਦੀ ਉਜਾਰਤ ਵਿੱਚ ਮੰਤਰੀ ਰਹੇ ਚਾਰ ਨੇਤਾਵਾਂ ਬਲਵੀਰ ਸਿੰਘ ਸਿੱਧੂ ਸਾਧੂ ਸਿੰਘ ਧਰਮਸੋਧ ਸੁੰਦਰ ਸ਼ਾਮਾ ਰੋੜਾ ਅਤੇ ਗੁਰਪ੍ਰੀਤ ਸਿੰਘ ਕਾਗੜ ਨੂੰ ਵੀ ਉਮੀਦਵਾਰ ਐਲਾਨੇ ਆਏ ਇਹਨਾਂ ਚਾਰਾਂ ਨੂੰ ਚੰਨੀ ਬਾਜ਼ਾਰ ਤੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਰੁਪਿੰਦਰ ਰੂਬੀ ਅਤੇ ਸੁਖਪਾਲ ਸਿੰਘ ਖੈਰਾ ਤੇ ਵੀ ਕਾਂਗਰਸ ਨੇ ਪ੍ਰੋਸਾ ਪ੍ਰਗਟਾਇਆ ਹੈ ਪਾਰਟੀ ਵੱਲੋਂ ਅੱਜ ਐਲਾਨੇ ਉਮੀਦਵਾਰਾਂ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਨਕਾਰ ਹੀ ਨੇ ਪਾਰਟੀ ਨੇ ਜਿਨ੍ਹਾਂ 4 ਮੌਜੂਦਾ ਵਿਧਾਨਕਾਰ ਨੇ ਟਿਕਟ ਕੱਟੀਏ ਉਹਨਾਂ ਵਿੱਚ ਮੋਗਾ ਤੋਂ ਹਰਜੋਤ ਕਮਲ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਲਾੜੀ ਬਲਵਾਣਾ ਤੋਂ ਨੱਥੂ ਰਾਮ ਤੇ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾ ਯਾ ਸ਼ਾਮਲ ਨੇ ਇਸ ਦੌਰਾਨ ਮੂਗਾ ਸੈਂਬਲੀ ਹਲਕੇ ਤੋਂ ਕਾਂਗਰਸੀ ਟਿਕਟ ਪਾਉਣ ਤੋਂ ਵਾਣ ਜੇ ਰਹੇ ਪਾਰਟੀ ਦੇ ਵਿਧਾਨਕਾਰ ਹਰਜੂਤ ਕਮਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਆਪਣੇ ਸਾਥੀਆਂ ਸਮੇਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਜਨਗੜ ਵਿੱਚ ਬੀਜੇਪੀ ਪੰਜਾਬ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਸ਼ਿਕਾਵਤ ਸੂਬਾ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਹੋਰਨਾਂ ਨੇਤਾਵਾਂ ਦੀ ਹਾਜ਼ਰੀ ਵਿੱਚ ਅੱਜ ਬੀਜੇਪੀ ਦੇ ਮੈਂਬਰਸ਼ਿਪ ਹਾਸਲ ਕੀਤੀ ਆਜ਼ਾਦੀ ਕਾ ਅਮਰਤ ਮਾਸੂਮ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੋਮਨਾਮ ਆਜ਼ਾਦੀ ਸੰਗਰਾਮੀ ਦੇ ਜੀਵਨ ਦੇ ਪਹਿਲੂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕਿੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੰਾਣੀ ਸੈਫੁਦੁੱਨ ਕਿਚਲੂ ਅਤੇ ਸਮਾਜ ਸੁਧਾਰਕ ਰਾਮ ਗੋਪਾਲ ਕੋਸ਼ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਗੱਲ ਵਿੱਚ ਅਸੀਂ ਮਹਾਨ ਸਿੱਖਿਆ ਵਿਦਵਾਨ ਅਤੇ ਗਾਂਧੀਵਾਦੀ ਸੁਤੰਤਰਤਾ ਸੰਾਨੀ ਸੈਫੁਦੀਨ ਕਿਜਲੂ ਨੂੰ ਯਾਦ ਕਰ ਰਹੇ ਹਾਂ ਸੈਫੁਦੀਨ ਕਿਤਲੂ ਦਾ ਜਨਮ 1886 ਵਿੱਚ 15 ਜਨਵਰੀ ਨੂੰ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਸੀ ਉਹਨਾਂ ਨੇ ਆਪਣਾ ਸਾਰਾ ਜੀਵਨ ਭਾਰਤ ਵਿੱਚ ਸਮਪਰਦਾਇਕ ਸਦਭਾਵਨਾ ਬਣਾਈ ਰੱਖਣ ਵਿੱਚ ਸਮਰਪਿਤ ਕਰ ਦਿੱਤਾ ਅੰਮ੍ਰਿਤਸਰ ਵਿੱਚ ਰੌਟ ਐਕਟ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਵਿੱਚ ਉਹ ਮੋਹਰੀ ਕਤਾਰ ਵਿੱਚ ਰਹੇ ਪਿਛੇ ਤੋਂ ਵਕੀਲ ਕਿਜਲੂ ਨੇ ਆਪਣੇ ਸਾਥੀ ਸੁਤੰਤਰਤਾ ਸੰਾਨੀ ਸਤਪਾਲ ਦੇ ਨਾਲ ਅੰਗਰੇਜ਼ਾਂ ਦੇ ਸ਼ੋਸ਼ਣ ਅਤੇ ਦਮਨ ਦੇ ਖਿਲਾਫ ਅੰਦੋਲਨ ਦੀ ਅਗਵਾਈ ਕੀਤੀ 3 ਮਾਰਚ 1919 ਨੂੰ ਅੰਮ੍ਰਿਤਸਰ ਵਿੱਚ ਇੱਕ ਜਨ ਸਭਾ ਵਿੱਚ 30 ਹਜ਼ਾਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਸੁਨੇਹਾ ਤੁਹਾਨੂੰ ਪੜ੍ਹ ਕੇ ਸੁਣਾਇਆ ਗਿਆ ਹੈ ਸਾਰੇ ਨਾਗਰਿਕਾਂ ਨੂੰ ਵਿਰੋਧ ਲਈ ਤਿਆਰ ਰਹਿਣਾ ਹੋਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਇਹ ਪਾਵਨ ਨਗਰੀ ਜਾਂ ਦੇਸ਼ ਲਹੂ ਲੁਹਾਨ ਹੋ ਜਾਵੇ ਇਹ ਵਿਰੋਧ ਸਹਿਜਪੂਰਨ ਹੋਣਾ ਚਾਹੀਦਾ ਹੈ ਕਿਸੇ ਵੀ ਪੁਲਿਸ ਕਰਮਚਾਰੀ ਜਾਂ ਦੇਸ਼ ਦਰੋਹੀ ਲਈ ਸਖਤ ਸ਼ਬਦਾਂ ਦਾ ਪ੍ਰਯੋਗ ਨਾ ਕਰੋ ਜਿਸ ਨਾਲ ਉਸ ਨੂੰ ਤਕਲੀਫ ਹੋਵੇ ਜਾਂ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਬਣੇ ਰੌਲਡ ਐਕਟ ਨੂੰ ਲੈ ਕੇ ਵੱਡੇ ਵਿਦਰੋਹ ਤੋਂ ਅੰਗਰੇਜ਼ ਚੌਕਸ ਹੋ ਗਏ ਸਨ ਉਨ੍ਹਾਂ ਨੇ 10 ਅਪ੍ਰੈਲ ਨੂੰ ਕਿਤਲੂ ਅਤੇ ਸਤਪਾਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਧਰਮਸ਼ਾਲਾ ਭੇਜ ਦਿੱਤਾ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ 13 ਅਪ੍ਰੈਲ 1919 ਨੂੰ ਵੱਡੀ ਗਿਣਤੀ ਵਿੱਚ ਲੋਕ ਜਲਿਆਂਵਾਲਾ ਬਾਗ ਵਿੱਚ ਇਕੱਠਾ ਹੋਏ। ਜਨਰਲ ਡਾਇਰ ਨੇ ਇਸ ਜਨਸਭਾ 'ਤੇ ਗੋਲੀਆਂ ਚਲਾਈਆਂ ਅਤੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਿਤਲੂ ਨੂੰ ਦਸੰਬਰ 1919 ਵਿੱਚ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਜਨਵਰੀ 1921 ਵਿੱਚ ਅੰਮ੍ਰਿਤਸਰ ਸਵਰਾਜ ਆਸ਼ਰਮ ਦੀ ਸਥਾਪਨਾ ਵਿੱਚ ਵਿਅਤ ਸਨ ਆਸ਼ਰਮ ਦੀ ਸਥਾਪਨਾ ਦਾ ਉਦੇਸ਼ ਸੀ ਨੌਜਵਾਨਾਂ ਨੂੰ ਰਾਸ਼ਟਰ ਹਿੱਤ ਦੇ ਕੰਮਾਂ ਲਈ ਸ੍ਰਿੱਖੇਤ ਕਰਨਾ ਅਤੇ ਹਿੰਦੂ ਮੁਸਲਮਾਨ ಏਕਤਾ ਨੂੰ ਪਰਫੁੱਲਤ ਕਰਨਾ ਬ੍ਰਿਟਾਨਵੀ ਅਧਿਕਾਰੀਆਂ ਨੇ ਕਿਤਲੂ ਨੂੰ ਵਾਰ-ਵਾਰ ਗ੍ਰਿਫਤਾਰ ਕੀਤਾ ਉਹਨਾਂ ਨੂੰ ਕੁੱਲ 14 ਸਾਲ ਜੇਲ੍ਹ ਵਿੱਚ ਕੱਟਣੇ ਪਏ ਕਿਤਲੂ ਲਾਹੌਰ ਵਿੱਚ ਕਾਂਗਰਸ ਸੈਸ਼ਨ ਦੀ ਸਵਾਗਤ ਕਮੇਟੀ ਦੇ ਪ੍ਰਧਾਨ ਵੀ ਸਨ ਇਸੇ ਸੈਸ਼ਨ ਦੇ ਵਿੱਚ 26 ਜਨਵਰੀ 1930 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਭਾਰਤੀ ਸੁਤੰਤਰਤਾ ਦਾ ਐਲਾਨ ਕੀਤਾ ਕਿਚਲੂ ਭਗਤ ਸਿੰਘ ਦੇ ਸਮਰਥਕ ਸਨ ਅਤੇ ਨੌਜਵਾਨ ਸਭਾ ਵਿੱਚ ਉਹਨਾਂ ਦੇ ਨਾਲ ਕਿਰਿਆਸ਼ੀਲ ਢੰਗ ਨਾਲ ਜੁੜੇ ਸਨ ਉਹ ਜਾਮੀਆਂ ਮਿਲਿਆ ਇਸਮਾਲੀਆ ਦੀ ਸਥਾਪਨਾ ਕਮੇਟੀ ਦੇ ਮੈਂਬਰ ਵੀ ਸਨ 1947 ਵਿੱਚ ਕਿਚਲੂ ਨੇ ਭਾਰਤ ਦੀ ਵੰਡ ਦਾ ਪੂਰੀ ਮਜ਼ਬੂਤੀ ਨਾਲ ਵਿਰੋਧ ਕੀਤਾ ਉਹਨਾਂ ਨੇ ਪੂਰੇ ਦੇਸ਼ ਵਿੱਚ ਜਨਧਰਮਾਵਾਂ ਵਿੱਚ ਵੰਡ ਦੇ ਖਿਲਾਫ ਆਪਣੀ ਆਵਾਜ਼ ਚੁੱਕੀ ਉਹਨਾਂ ਨੇ ਵੰਡ ਨੂੰ ਸਮਰਪਦਾਇਤਾ ਦੇ ਲਈ ਗੌਮੀਅਤ ਦਾ ਸਮਰਪਨ ਦਿੱਤਾ ਉਹ ਵਿਸ਼ਵ ਸ਼ਾਂਤੀ ਪ੍ਰੀਸ਼ਦ ਦੇ ਉਪ ਮੁਖੀ ਦੇ ਨਾਮ ਨਾਲ ਸਰੂਪ ਭਾਰਤੀ ਸ਼ਾਂਤੀ ਪ੍ਰੀਸ਼ਦ ਦੇ ਸੰਸਥਾਪਕ ਮੁਖੀ ਵੀ ਸਨ। ਉਹਨਾਂ ਨੂੰ 1952 ਵਿੱਚ ਸਟਾਲਿਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1952 ਵਿੱਚ ਪਾਰ ਸਰਕਾਰ ਨੇ ਕਿਚਲੂ ਨੂੰ ਜਵਾਹਰ ਲਾਲ ਨਹਿਰੂ ਅਤੇ مولانا ਅਬੁਲ ਕਲਾਮ ਜ਼ਾਹਰ ਦੇ ਨਾਲ ਜਲਿਆਂਵਾਲਾ ਬਾਗ ਕੌਮੀ ਸਮਾਰਕ ਟਰਸਟ ਦਾ ਜੀਵਨ ਪਾ ਲੇਟੇਸਟੀ ਬਣਾਇਆ ਗਿਆ। 9 ਅਕਤੂਬਰ 1993 ਸੈਫੁੱਦਿਨ ਕਿਚਲੂ ਦਾ ਦਿਹਾਂਤ ਹੋ ਗਿਆ। ਇਸ ਮਹਾਨ ਰਾਸ਼ਟਰਵਾਦੀ ਨੂੰ ਸਾਡਾ ਨਮਨ। ਅੱਜ ਅਸੀਂ ਸਮਾਜ ਸੁਧਾਰਕ ਰਾਮ ਗੋਪਾਲ ਕੋਹਨੂ ਨੂੰ ਵੀ ਯਾਦ ਕਰ ਰਹੇ ਹਾਂ 1868 ਵਿੱਚ 15 ਜਨਵਰੀ ਨੂੰ ਉਨ੍ਹਾਂ ਦਾ ਦਿਹਾਂਤ ਹੋਇਆ ਸੀ ਯੂਵ ਬੰਗਾਲ ਦਾ ਇੱਕ ਨੇਤਾ ਵਜੋਂ ਉਨ੍ਹਾਂ ਦੀ ਤੁਲਨਾ ਪ੍ਰਾਚੀਨ ਐਥਜ ਦੇ ਰਾਜ ਨੇਤਾ ਡੈਮੋਸਥਨੀਜ਼ ਨਾਲ ਕੀਤੀ ਜਾਂਦੀ ਸੀ ਰਾਮ ਗੋਪਾਲ ਕੋਹ ਉਗਰ ਸੁਧਾਰਵਾਦੀ ਵਿਚਾਰਕ ਹੈਨਰੀ ਦੇਰੋਜੀਓ ਦੇ ਪੈਰੋਕਾਰਾਂ ਵਿੱਚ ਸ਼ਾਮਲ ਹੋ ਗਏ ਅਤੇ ਜਲਦੀ ਹੀ ਰਾਮਤਨੂ ਲਾਹੜੀ ਅਤੇ ਦੇਰੋਜੀਨ ਨਾਲ ਉਨ੍ਹਾਂ ਦੀ ਮਿੱਤਰਤਾ ਹੋ ਗਈ ਜਦੋਂ ਦੇਰੋਜੀਓ ਨੇ ਅਕੈਡਮਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਕੋਚ ਉਸਦੇ ਇੱਕ ਪ੍ਰਮੁੱਖ ਮੈਂਬਰ ਬਣ ਗਏ 1853 ਵਿੱਚ ਲੋਕ ਸੇਵਾ ਪ੍ਰੀਖਿਆਵਾਂ ਵਿੱਚ ਭਾਰਤੀਆਂ ਦੀ ਯੋਗਤਾ ਦੀ ਮੰਗ ਕਰਨ ਵਾਲੇ ਮੌਰੀ ਲੋਕਾਂ ਵਿੱਚ ਸ਼ਾਮਲ ਸਨ 1873 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸਥਾਪਨਾ ਦਾ ਪ੍ਰਸਤਾਵ ਦਿੱਤਾ ਰਾਮ ਗੋਪਾਲ ਕੋਚ ਨੇ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਵਿੱਚ ਕਿਰਿਆਸ਼ੀਲਤਾ ਨਾਲ ਭਾਗ ਲਿਆ ਭਾਰਤ ਦੇ ਮਹਾਂਤਪੂਤ ਨੂੰ ਸਾਡਾ ਨਮਨ ਦੇਸ਼ ਪਰਵ ਵਿੱਚ ਅੱਜ ਸੈਨਾ ਦਿਵਸ ਮਨਾਇਆ ਗਿਆ ਇਹ ਦਿਨ ਦੇਸ਼ ਦੇ ਪਹਿਲੇ ਕਮਾਂਡਰ ਇਨ ਚੀਫ ਫੀਲਡ ਮਾਰਸ਼ਲ ਕੇ ਐਮ ਕਰਯਾਪਾ ਵੱਲੋਂ ਆਧਾ ਸੰਭਾਰਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਸੈਨਾ ਦਿਵਸ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਦੇ ਸਮਾਨ ਜਵਾਨਾਂ ਨੂੰ ਵੀ ਸਮਰਪਿਤ ਹੈ ਸੈਨਾ ਦਿਵਸ ਮੌਕੇ ਤਨੁਸ ਸੈਨਾਵਾਂ ਦੇ ਮੁਖੀਆਂ ਨੇ ਦਿੱਲੀ ਵਿੱਚ ਲਈ ਕੌਮੀ ਜੰਗੀ ਯਾਦਗਾਰ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਫੌਜ ਦੇ ਵੱਖ-ਵੱਖ ਦਫ਼ਤਰਾਂ ਤੇ ਹੈੱਡਕੁਆਰਟਰਾਂ ਵਿੱਚ ਵੀ ਸੈਨਾ ਦਿਵਸ ਸਬੰਧੀ ਸਮਾਗਮ ਕਰਵਾਏ ਗਏ ਸਰਾਂਦਿਸ ਮੌਕੇ ਦਿੱਲੀ ਕੈਂਟ ਦੀ ਕ੍ਰਿਪਾ ਗਰਾਊਂਡ ਵਿੱਚ ਫੌਜ ਮੁਖੀ ਜਨਰਲ ਐਮ ਐਮ ਨਰਵਣੇ ਨੇ ਪ੍ਰੇਡ ਦਾ ਨਿਰਖਣ ਕੀਤਾ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਫੌਜ ਦਾ ਅਨੁਨਿੱਕੀਕਰਨ ਦਾ ਯਤਨ ਆਤਮ ਨਿਰਭਰਪਰਤਾ ਦਾ ਹਿੱਸਾ ਹੈ ਦੇਸ਼ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਨਰਲ ਨਰਵਣੇ ਨੇ ਫੌਜ ਦੀਆਂ ਪ੍ਰਾਪਤੀਆਂ ਦੀ 称ਾਗਾ ਕੀਤੀ ਅਤੇ ਕਿਹਾ ਕਿ ਉੱਚ ਦਰਜੇ ਦੀ ਸਿਖਲਾਈ ਲਈ ਭਾਰਤੀ ਫੌਜ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਤੇ ਲਗਾਤਾਰ ਪ੍ਰਯਾਸੋ ਸੇ हिंसा की घटनाओं में काफ़ी गिरावट आई है पिछले एक साल में सेना ने नियंत्रण रेखा और काउंटर टेररिस्ट ऑपरेशंस में एक आतंकवादियों को मार गिराया है देश के उत्तरी पूर्वी क्षेत्र में भी प्रोएक्टिव ऑपरेशंस के वजह से सुरक्षा स्थिति में सराहनीय सुधार हुआ है ਇੱਧਰ ਬਜਰਕੌਰ ਨੇ ਵੀ ਸਾਰਾਂ ਦੇ ਸੁਨਾਏ ਇਸ ਮੌਕੇ ਜਲੰਦਰ ਸ਼ਾਹਨੀ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ ਸਵਾਗਤ ਕਰਵਾਏ ਗਏ ਜਲੰਦਰ ਸ਼ਾਹਨੀ ਵਿਖੇ ਸ਼ੌਰਿਆ ਸਥਾਨ ਤੇ ਬਜਰਕੌਰ ਦੇ ਜੀਓਸੀ ਨੇ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਕੋਵਿਡ-19 ਦੇ ਹਾਲਾਤ ਨੂੰ ਦੇਖਦੇ ਸਮਾਗਮ ਬੇਹਦ ਸਾਦੇ ਤਰੀਕੇ ਨਾਲ ਕਰਵਾਏ ਗਏ ਪੰਜਾਬ ਦੰਦ ਸਭਾ ਚੋਣਾਂ ਦੇ ਆਰਾਨ ਮਗਰੋਂ ਲਾਗੂ ਅਦਰ ਸ਼ੂਣ ਜਾਬ ਤੇ ਦੌਰਾਨ ਬੀਤੇ 14 ਜਨਵਰੀ ਤੱਕ 40 ਕਰੋੜ 31 ਲੱਖ ਰੁਪਏ ਦੀਆਂ ਵਸਤਾਂ ਤੇ ਨਕਦੀ ਜ਼ਬਤ ਕੀਤੀ ਗਈ ਹੈ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨ ਰਾਜੂ ਨੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਰਵਲੈਂਸ ਟੀਮਾਂ ਨੇ 272000 ਲੀਟਰ ਸ਼ਰਾਬ ਫੜੀਏ ਜਿਸ ਦੀ ਕੀਮਤ 81 ਲੱਖ ਰੁਪਏ ਬਣਦੀਏ ਇਸੇ ਤਰ੍ਹਾਂ 38 ਕਰੋੜ 93 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਨੇ ਜਰਕੇ 14 ਲੱਖ ਰੁਪਏ ਦੀ ਨਕਦ ਰਕਮ ਜ਼ਬਤ ਕੀਤੀ ਗਈ ਹੈ ਡਾਕਟਰ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਚੂਨ ਅਮਨ ਵਿੱਚ ਡਿਊਟੀ ਨਿਭਾਉਣ ਵਾਲੇ ਅਮਲੇ ਵਿੱਚੋਂ 84.3 ਫੀਸਰ ਨੂੰ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਜਾਰ ਕੇ 49.9 ਫੀਸਰ ਨੂੰ ਦੂਜੀ ডোজ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਾਬਤਾ ਲਾਗੂ ਹੁਣ ਮਗਰੋਂ ਵਾਕਫ ਟੀਮਾਂ ਨੇ 53610 ਸਰਕਾਰੀ ਥਾਵਾ ਅਤੇ 14911 ਨਿੱਜੀ ਥਾਵਾ ਤੋਂ ਬੈਨਰ, ਪੋਸਟਰ ਅਤੇ ਦੀਵਾਰੀ ਇਸ਼ਤਿਹਾਰ ਹਟਾਏ ਨੇ। ਪੰਜਾਬ ਵਿੱਚ ਕੜਾਕੇ ਦੀ ਸੀਤ ਲਹਿਰ ਦੇ ਧੁੰਦ ਪੈਣ ਦਾ سلسلہ جاری ਹੈ 8 ਦਿਨਾਂ ਪਰ ਸਮੁੱਚੇ ਪ੍ਰਦੇਸ਼ ਵਿੱਚ ਬਦਲਵਾਈ ਬਣੀ ਰਹੀ ਹੈ ਤੇ ਸਰਦ ਹਵਾਵਾਂ ਚੱਲਦੀਆਂ ਰਹੀਆਂ ਇਸ ਨਾਲ ਤਾਪਮਾਨ ਵਿੱਚ ਗਰਾਉਟਾਈ ਹੈ ਸੂਬੇ ਵਿੱਚ ਅੱਜ ਮੁਕਸਰ 4.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡਾ ਸ਼ਹਿਰ ਰਿਹਾ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵੀ ਸੰਗਣੀ ਧੁੰਦ ਪੈਣ ਤੇ ਕੜਾਕੇ ਦੀ ਠੰਡ ਦਾ ਇਹ ਦੌਰ ਜਾਰੀ ਰਹਿਣ ਦੀ ਗੱਲ ਆਖੀ ਹੈ ਇਸ ਮੌਸਮ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀ ਕੇ ਜਰਨਲ ਟ ਤੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਚੌਥੀ ਖਬਰ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨਸਾਰ ਦੇਸ਼ਵਿੱਚ ਸਟਾਰਟਅਪ ਦਾ ਗੋਲਡਨ ਸਮਾਹ ਹੁਣ ਸ਼ੁਰੂ ਹੋ ਰਿਹਾ ਹੈ ਪੰਜਾਬ ਦਾ ਸਭਾ ਚੋਣ ਲਈ ਕਾਂਗਰਸ ਨੇ 86 ਉਮੀਦਵਾਰ ਐਲਾਨੇ ਚਾਰ ਮਜੀਦਾ ਵਿਧਾਨਕਾਰਾਂ ਤੋਂ ਇਲਾਵਾ ਬਾਕੀ ਸਾਰੇ ਵਿਧਾਨਕਾਰਾਂ ਨੂੰ ਮਿਲੀ ਟਿਕਟ ਚਨਾ ਦੇ ਇਸ ਮੌਕੇ ਦੇਸ਼ ਭਾਰਤ ਸ਼ਹੀਦਾਂ ਨੂੰ ਦਿੱਤੀ ਗਈ ਨਿੱਗੀ ਸ਼ਰਧਾਂਜਲੀ ਤੇ ਪੰਜਾਬ ਵਿੱਚ ਕੜਾਕੇ ਦੀ ਠੀਤ ਲਹਿਰ ਅਤੇ ਧੁੰਦ ਪੈਣ ਦਾ سلسلہ جاری ਤੇ ਇਸ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਮੈਂ ਮਾਸ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ